CBN ਦੀ ਪੇਸ਼ਕਸ਼ ਤੇ ਤੁਸੀਂ ਵੇਖ ਰਹੇ ਹੋ ਇੱਕ ਨਵੀਂ ਜ਼ਿੰਦਗੀ। ਜੀਵਨ ਰਾਹ ਤੇ ਸੱਚਿਆਈ, ਆਨੰਦ ਸ਼ਾਂਤੀ ਲੈ ਆਈ, ਖੁਸ਼ੀਆਂ ਚਾਰ ਚੁਫੇਰੇ ਦੂਰ ਹੋ ਗਏ ਹਨੇਰੇ, ਖੁਸ਼ੀਆਂ ਚਾਰ ਚੁਫੇਰੇ ਦੂਰ ਹੋ ਗਏ ਹਨੇਰੇ, ਇੱਕ ਨਵੀਂ ਰੋਸ਼ਨੀ ਲੈ ਆਈ, ਇੱਕ ਨਵੀਂ ਜ਼ਿੰਦਗੀ ਆਈ, ਇੱਕ ਨਵੀਂ ਜ਼ਿੰਦਗੀ ਆਈ, ਇੱਕ ਨਵੀਂ ਜ਼ਿੰਦਗੀ ਆਈ, ਇੱਕ ਨਵੀਂ ਜ਼ਿੰਦਗੀ ਆਈ। ਨਮਸਕਾਰ ਤੇ ਜੀ ਆਇਆਂ ਨੂੰ ਨਮਸਕਾਰ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਇੱਕ ਨਵੀਂ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ, ਅਤੇ ਉਮੀਦ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਰਾਹੀਂ ਤੁਸੀਂ ਜਾਣ ਸਕੋਗੇ ਕਿ ਸਰੀਰਕ ਚੰਗਾਈ ਤੁਸੀਂ ਕਿਸੇ ਨੂੰ ਕਿਸ ਤਰ੍ਹਾਂ ਦੇ ਸਕਦੇ ਹੋ। ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਕੀ ਤੁਸੀਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਬਿਹਤਰ ਸਿਹਤ ਨੂੰ ਲੈ ਕੇ ਆ ਸਕਦੇ ਹੋ। ਤੁਸੀਂ ਸੋਚ ਰਹੇ ਹੋਗੇ ਭਲਾ ਇਹ ਕਿਹੋ ਜਿਹਾ ਕੁਐਸਚਨ ਹੈ। ਅਕਸਰ ਵੇਖਿਆ ਗਿਆ ਹੈ ਕਿ ਹਰ ਇਨਸਾਨ ਸਿਹਤਮੰਦ ਅਤੇ ਤੰਦਰੁਸਤ ਰਹਿਣਾ ਚਾਹੁੰਦਾ ਹੈ। ਕੌਣ ਚਾਹੁੰਦਾ ਹੈ ਕਿ ਉਸਦੇ ਸਰੀਰ ਦੇ ਵਿੱਚ ਰੋਗ ਹੋਵੇ? ਕਿਉਂਕਿ ਜਿਹੜਾ ਅੱਛੀ ਸਿਹਤ ਵਾਲਾ ਬੰਦਾ ਹੁੰਦਾ ਹੈ, ਉਹੀ ਅੱਛੀ ਮੈਂਟਲ ਅਤੇ ਇਮੋਸ਼ਨਲ ਹੈਲਥ ਨੂੰ ਵੀ ਇੰਜੋਏ ਕਰ ਪਾਉਂਦਾ ਹੈ। ਜੇਕਰ ਅਸੀਂ ਦੇਖੀਏ ਕਿ ਸਰੀਰ ਦੇ ਵਿੱਚ ਬਿਮਾਰੀ ਹੋਵੇ ਤਾਂ ਉਹ ਸਾਡੀ ਇਮੋਸ਼ਨਲ ਹੈਲਥ ਨੂੰ ਵੀ ਅਤੇ ਫਿਰ ਸਾਡੇ ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਵੀ ਬਹੁਤ ਅਫੈਕਟ ਕਰ ਦਿੰਦੀ ਹੈ। ਅਤੇ ਜੇਕਰ ਇਮੋਸ਼ਨਲੀ ਵੀ ਇਨਸਾਨ ਪਰੇਸ਼ਾਨ ਹੋਵੇ ਤਾਂ ਉਹ ਵੀ ਫਿਜ਼ੀਕਲ ਹੈਲਥ ਨੂੰ ਖਰਾਬ ਕਰਨ ਲਈ ਕਾਫੀ ਹੁੰਦਾ ਹੈ। ਦੋਸਤੋ, ਦੇਖਿਆ ਜਾਵੇ ਤਾਂ ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਹਰ ਕੋਈ ਪਰੇਸ਼ਾਨ ਹੈ, ਦੁੱਖ ਦੇ ਵਿੱਚ ਹੈ, ਟੁੱਟਿਆ ਹੋਇਆ ਹੈ, ਬਿਖਰਿਆ ਹੋਇਆ ਹੈ। ਪਰਮੇਸ਼ੁਰ ਸਾਡੇ ਹਰੇਕ ਦੁੱਖ ਨੂੰ ਜਾਣਦੇ ਹਨ, ਉਹ ਸਾਡੇ ਹਰ ਜ਼ਖਮ ਦੇ ਉੱਤੇ ਪੱਟੀ ਬੰਨ੍ਹਦੇ ਹਨ। ਉਹਨਾਂ ਨੇ ਸਾਨੂੰ ਵੀ ਇਹ ਨਿਯੁਕਤ ਕੀਤਾ ਹੈ, ਸਾਨੂੰ ਇਹ ਕੰਮ ਸੌਂਪਿਆ ਹੈ ਕਿ ਅਸੀਂ ਵੀ ਦੂਸਰਿਆਂ ਦੇ ਦੁੱਖਾਂ ਨੂੰ ਮਹਿਸੂਸ ਕਰੀਏ, ਉਹਨਾਂ ਨੂੰ ਮਰਹਮ ਪੱਟੀ ਕਰੀਏ, ਤਾਂ ਕਿ ਉਹ ਵੀ ਜ਼ਿੰਦਗੀ ਦਾ ਆਨੰਦ ਚੁੱਕ ਸਕਣ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਗੁਰੂਗ੍ਰਾਮ ਦੇ ਇੱਕ ਗਰੀਬ ਪਰਿਵਾਰ ਦੇ ਨਾਲ, ਜਿਨ੍ਹਾਂ ਦੀ ਮਦਦ ਅਤੇ ਸਹਾਇਤਾ ਹੋਈ CBN ਫਾਊਂਡੇਸ਼ਨ ਦੇ ਰਾਹੀਂ। ਆਓ ਦੇਖਦੇ ਹਾਂ ਇਸ ਕਹਾਣੀ ਨੂੰ। 6ਵੀਂ ਕਲਾਸ ਵਿੱਚ ਪੜ੍ਹਨ ਵਾਲਾ ਬਲਜੀਤ ਆਪਣੇ ਮਾਤਾ ਪਿਤਾ ਦੇ ਛੱਲੀਆਂ ਵੇਚਣ ਦੇ ਛੋਟੇ ਜਿਹੇ ਕਾਰੋਬਾਰ ਵਿੱਚ ਬੜੀ ਮਿਹਨਤ ਨਾਲ ਹੱਥ ਵੰਡਾਉਂਦਾ ਹੈ। ਛੱਲੀਆਂ ਵੇਚ ਕੇ ਮੈਂ 7:30 ਵਜੇ ਘਰ ਜਾਂਦਾ ਹਾਂ ਤੇ ਮੂੰਹਾਂ ਧੋ ਕੇ ਪਹਿਲਾਂ ਸਕੂਲ ਦਾ ਹੋਮਵਰਕ ਕਰਦਾ ਹਾਂ ਤੇ ਫਿਰ ਖਾਣਾ ਖਾ ਕੇ ਸੌਂ ਜਾਂਦਾ ਹਾਂ। ਇਸ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਬਲਜੀਤ ਦੇ ਨਾਲ ਇੱਕ ਦਿਨ ਇੱਕ ਹਾਦਸਾ ਹੋ ਗਿਆ। ਛੱਲੀਆਂ ਵਾਸਤੇ ਕੋਲਾ ਲੈਣ ਲਈ ਮੈਂ ਵਜ਼ੀਰਾਬਾਦ ਗਿਆ ਸੀ ਅਤੇ ਯੂ-ਟਰਨ ਤੇ ਅਚਾਨਕ ਇੱਕ ਗੱਡੀ ਆ ਗਈ, ਜਿਸ ਕਰਕੇ ਮੈਂ ਉਸ ਨਾਲ ਟਕਰਾ ਗਿਆ, ਜਿਸ ਕਰਕੇ ਪੈਰ ਤੇ ਸੱਟ ਲੱਗ ਗਈ ਤੇ ਲਹੂ ਵਗਣ ਲੱਗ ਪਿਆ। ਸਹੀ ਇਲਾਜ ਨਾ ਹੋਣ ਕਰਕੇ ਬਲਜੀਤ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। 1 ਮਹੀਨਾ ਮੈਂ ਲਗਾਤਾਰ ਉੱਥੇ ਪੈਰ ਦਾ ਇਲਾਜ ਕਰਵਾਇਆ ਪਰ ਕੋਈ ਵੀ ਫਰਕ ਨਹੀਂ ਪਿਆ ਤੇ ਪੈਸੇ ਹੋਰ ਲੱਗ ਗਏ ਤੇ ਪੈਰ ਦਾ ਜੋ ਨੁਕਸ ਸੀ ਉਹ ਹੋਰ ਵੀ ਵੱਧ ਗਿਆ। ਇਹ ਸੱਟ ਲੱਗਣ ਦੇ ਕਰਕੇ ਜਦੋਂ ਚੱਲਦਾ ਸੀ, ਦੌੜਦਾ ਸੀ, ਸਾਈਕਲ ਚਲਾਉਂਦਾ ਸੀ ਤਾਂ ਮੇਰੇ ਪੈਰਾਂ ਵਿੱਚ ਖੂਨ ਵਗਦਾ ਸੀ। ਇਸ ਨਿਰਾਸ਼ਾ ਦੇ ਦੌਰ ਵਿੱਚ ਬਲਜੀਤ ਨੂੰ ਇੱਕ ਦਿਨ ਆਪਣੇ ਇੱਕ ਅੰਕਲ ਤੋਂ CBN ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਜੀਵਨ ਵਰਿਕਸ਼ ਮੈਡੀਕਲ ਕਲੀਨਿਕ ਦੇ ਬਾਰੇ ਪਤਾ ਲੱਗਾ। ਮੈਂ ਇੱਥੇ ਆਇਆ ਤੇ ਪੱਟੀ ਕਰਵਾਈ ਤੇ ਡਾਕਟਰ ਅੰਕਲ ਨੇ ਮੈਨੂੰ ਦਵਾਈ ਦਿੱਤੀ ਤੇ ਜਿਵੇਂ ਮੈਨੂੰ ਲੱਗ ਰਿਹਾ ਸੀ ਕਿ 1-2 ਮਹੀਨੇ ਹੋਰ ਲੱਗਣਗੇ, ਪਰ ਡਾਕਟਰ ਅੰਕਲ ਨੇ ਮੈਨੂੰ ਜੋ ਪੱਟੀ ਕੀਤੀ ਅਤੇ ਦਵਾਈ ਦਿੱਤੀ ਸੀ ਉਸਦੇ ਕਰਕੇ ਮੇਰਾ 7-8 ਦਿਨਾਂ 'ਚ ਮੇਰਾ ਜ਼ਖਮ ਠੀਕ ਹੋਣਾ ਸ਼ੁਰੂ ਹੋ ਗਿਆ ਸੀ। ਅੱਜ ਬਲਜੀਤ ਆਪਣੇ ਰੋਜ਼ ਦੇ ਕੰਮ ਨੂੰ ਬੜੇ ਆਰਾਮ ਨਾਲ ਕਰ ਲੈਂਦਾ ਹੈ। ਜੀਵਨ ਵਰਿਕਸ਼ ਕਲੀਨਿਕ ਤੋਂ ਮੈਨੂੰ ਇਹ ਫਾਇਦਾ ਹੋਇਆ ਕਿ ਮੇਰਾ ਪੈਰ ਠੀਕ ਹੋ ਗਿਆ, ਹੁਣ ਮੈਂ ਆਰਾਮ ਨਾਲ ਸਾਈਕਲ ਚਲਾ ਸਕਦਾ ਹਾਂ, ਦੌੜ ਸਕਦਾ ਹਾਂ ਤੇ ਸਕੂਲ ਵਿੱਚ ਹਰ ਚੀਜ਼ ਦੀ ਪ੍ਰੈਕਟਿਸ ਕਰ ਲੈਂਦਾ ਹਾਂ। ਪਰਮੇਸ਼ਵਰ ਦਾਤਾ ਹੈ। ਹੁਣੇ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਇੱਕ ਛੱਲੀ ਵੇਚਣ ਵਾਲੇ ਨੂੰ ਐਕਸੀਡੈਂਟ ਤੋਂ ਬਾਅਦ ਜਦੋਂ ਲੋੜ ਸੀਗੀ ਮਦਦ ਦੀ ਤੇ ਉਹ ਸਿਰਫ CBN ਫਾਊਂਡੇਸ਼ਨ ਦੇ ਦੁਆਰਾ ਸੰਚਾਲਿਤ ਜੀਵਨ ਵਰਿਕਸ਼ ਮੈਡੀਕਲ ਕਲੀਨਿਕ ਤੋਂ ਮਿਲੀ। ਪ੍ਰਭੂ ਦਾ ਵਚਨ ਸਾਨੂੰ ਦੱਸਦਾ ਹੈ ਕਿ ਜਦੋਂ ਪ੍ਰਭੂ ਯੇਸ਼ੂ ਮਸੀਹ ਇਸ ਧਰਤੀ ਉੱਤੇ ਚੱਲਦੇ ਫਿਰਦੇ ਸਨ ਤੇ ਬਹੁਤ ਸਾਰੇ ਬਿਮਾਰ ਲੋਕ ਉਹਨਾਂ ਦੇ ਕੋਲ ਆਉਂਦੇ ਸੀ ਤੇ ਉਹ ਜਦੋਂ ਵੀ ਪ੍ਰਭੂ ਦੇ ਕੋਲ ਆਸ਼ਾ ਅਤੇ ਉਮੀਦ ਨਾਲ ਆਉਂਦੇ ਸੀ ਤੇ ਪ੍ਰਭੂ ਕੋਲੋਂ ਚੰਗਾਈ ਨੂੰ ਹਾਸਲ ਕਰਦੇ ਸੀ।
ਪ੍ਰਭੂ ਚੰਗਾਈ ਵਾਲਾ ਹੱਥ ਉਹਨਾਂ 'ਤੇ ਰੱਖਦੇ ਸੀ। ਕਈ ਵਾਰੀ ਉਹਨਾਂ ਦਾ ਵਿਸ਼ਵਾਸ ਹੀ ਉਹਨਾਂ ਨੂੰ ਚੰਗਾ ਕਰ ਦਿੰਦਾ ਸੀ ਪ੍ਰਭੂ ਦੀ ਨਜ਼ਦੀਕੀ ਦੇ ਵਿੱਚ। ਕਈ ਵਾਰ ਪਰਮੇਸ਼ੁਰ ਉਹਨਾਂ ਦੇ ਕੋਲ ਜਾਂਦੇ ਸੀ, ਕਈ ਵਾਰੀ ਉਹ ਪ੍ਰਭੂ ਦੇ ਕੋਲ ਆਉਂਦੇ ਸੀ। ਯਾਨੀ ਕਿ ਜਿੰਨੇ ਵੀ ਬਿਮਾਰ, ਜਿੰਨੇ ਵੀ ਲਾਚਾਰ ਪ੍ਰਭੂ ਦੀ ਸੇਵਾ ਦੇ ਵਿੱਚ ਆਉਂਦੇ ਸੀ, ਪ੍ਰਭੂ ਦੀ ਵਿੱਚ ਵਿਸ਼ਵਾਸ ਦੇ ਨਾਲ ਆਉਂਦੇ ਸਨ, ਉਹ ਠੀਕ ਹੋ ਜਾਂਦੇ ਸੀ। ਅਤੇ ਅੱਜ ਵੀ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਇਹੀ ਸਮਰੱਥ ਬਖਸ਼ੀ ਹੈ ਕਿ ਦੂਸਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਨੂੰ ਲੈ ਕੇ ਆ ਸਕਣ, ਚੰਗਾਈ ਨੂੰ ਲੈ ਕੇ ਆ ਸਕਣ। ਕਈ ਲੋਕ ਆਪਣੀ ਸਿੱਖਿਆ ਦੇ ਦੁਆਰਾ, ਡਾਕਟਰੀ ਸਹਾਇਤਾ ਦੇ ਨਾਲ ਇਹ ਕੰਮਾਂ ਨੂੰ ਕਰ ਸਕਦੇ ਨੇ। ਕਈ ਲੋਕ ਉਹਨਾਂ ਡਾਕਟਰੀ ਸਹਾਇਤਾ ਨੂੰ ਲੋਕਾਂ ਤੱਕ ਪਹੁੰਚਾ ਕੇ ਕਰ ਸਕਦੇ ਨੇ, ਆਪਣੇ ਪੈਸੇ ਦੇ ਰਾਹੀਂ ਕਰ ਸਕਦੇ ਨੇ, ਕਈ ਲੋਕ ਪ੍ਰਾਰਥਨਾਵਾਂ ਦੇ ਮਾਧਿਅਮ ਦੇ ਨਾਲ ਕਰ ਸਕਦੇ ਨੇ। ਪਰ ਸਾਰੀਆਂ ਗੱਲਾਂ ਜੁੜਦੀਆਂ ਨੇ ਉਸੇ ਗੱਲ 'ਤੇ ਆ ਕੇ ਕਿ ਦੂਸਰਿਆਂ ਨੂੰ ਚੰਗਾਈ ਮਿਲ ਸਕੇ, ਦੂਸਰਿਆਂ ਨੂੰ ਨਿਰੋਗ ਹੋਣ ਦਾ ਮੌਕਾ ਮਿਲ ਸਕੇ ਅਤੇ ਇੱਕ ਬਿਹਤਰ ਜ਼ਿੰਦਗੀ ਜੀਣ ਦਾ ਉਹਨਾਂ ਨੂੰ ਵੀ ਮੌਕਾ ਦਿੱਤਾ ਜਾ ਸਕੇ। ਆਓ ਦੇਖਦੇ ਹਾਂ ਕਿ ਅੱਜ ਪਰਮੇਸ਼ਵਰ ਦਾ ਵਚਨ ਸਾਨੂੰ ਕੀ ਸਿਖਾ ਰਿਹਾ ਹੈ। ਜ਼ਬੂਰਾਂ ਦੀ ਪੋਥੀ 23 ਦਾ 1, ਯਹੋਵਾ ਮੇਰਾ ਆਜੜੀ ਹੈ, ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਕੋਈ ਘਟੀ ਨਾ ਹੋਵੇਗੀ। ਪ੍ਰਭੂ ਦਾ ਵਚਨ ਦੱਸਦਾ ਹੈ ਕਿ ਪ੍ਰਭੂ ਇਸ ਗੱਲ ਨੂੰ ਇੰਟਰਸਟ ਲੈਂਦੇ ਨੇ। ਪ੍ਰਭੂ ਦਾ ਵਚਨ ਸਾਨੂੰ ਦੱਸਦਾ ਹੈ ਕਿ ਪ੍ਰਭੂ ਇਸ ਗੱਲ ਦੇ ਵਿੱਚ ਇੰਟਰਸਟਿਡ ਨੇ ਕਿ ਪਰਮੇਸ਼ਵਰ ਦੇ ਲੋਕ ਚੰਗਾਈ ਨੂੰ ਹਾਸਲ ਕਰਨ ਅਤੇ ਬਿਹਤਰ ਜ਼ਿੰਦਗੀ ਦੇ ਵੱਲ ਤੁਰਦੇ ਚਲੇ ਜਾਣ। ਦੋਸਤੋ, ਜੇਕਰ ਤੁਸੀਂ ਵੀ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹੋ, ਉਹਨਾਂ ਤੱਕ ਮੈਡੀਕਲ ਸੁਵਿਧਾ ਉਪਲਬਧ ਕਰਵਾਉਣੀ ਚਾਹੁੰਦੇ ਹੋ, ਉਹਨਾਂ ਦੇ ਜੀਵਨ ਨੂੰ ਸੁਖਾਲਾ ਬਣਾਉਣਾ ਚਾਹੁੰਦੇ ਹੋ, ਤੁਸੀਂ ਸਿਰਫ 5,000 ਰੁਪਏ ਅਨੁਦਾਨ ਦੇ ਕੇ ਇਸ ਕੰਮ ਨੂੰ ਨੇਪਰੇ ਚਾੜ ਸਕਦੇ ਹੋ। ਜੀ ਹਾਂ, ਸਾਡੇ ਨਾਲ ਜੁੜੋ, ਪਾਰਟਨਰਸ਼ਿਪ ਦੇ ਵਿੱਚ ਜੁੜ ਕੇ ਤੁਸੀਂ ਵੀ ਇਸ ਨੇਕ ਮੁਹਿੰਮ ਦਾ ਹਿੱਸਾ ਬਣੋ। ਆਪਣਾ ਅਨੁਦਾਨ ਤੁਸੀਂ ਸਾਡੇ ਤੱਕ ਪੇਟੀਐਮ ਦੇ ਜ਼ਰੀਏ ਪਹੁੰਚਾ ਸਕਦੇ ਹੋ। ਪੇਟੀਐਮ ਐਪ ਖੋਲ੍ਹੋ, ਪੇ ਆਪਸ਼ਨ 'ਤੇ ਜਾਓ, QR ਕੋਡ ਨੂੰ ਸਕੈਨ ਕਰੋ। ਇਹ ਕੋਡ ਤੁਹਾਨੂੰ ਮਿਲੇਗਾ ਸਾਡੀ ਵੈਬਸਾਈਟ www.cbn.in। ਹੁਣ ਸਮਾਂ ਇੱਕ ਛੋਟੀ ਬ੍ਰੇਕ ਲੈਣ ਦਾ, ਲੇਕਿਨ ਤੁਸੀਂ ਸਾਡੇ ਨਾਲ ਜੁੜੇ ਰਹਿਣਾ, ਕਿਉਂਕਿ ਵਾਪਸ ਆ ਕੇ ਅਸੀਂ ਤੁਹਾਨੂੰ ਦਿਖਾਵਾਂਗੇ CBN ਫਾਊਂਡੇਸ਼ਨ ਦੇ ਕੁਝ ਹੋਰ ਭਲਾਈ ਦੇ ਕੰਮ। ਕੁਝ ਬਿਹਤਰੀਨ ਕਹਾਣੀਆਂ, ਕੁਝ ਨਵੀਂ ਸਿੱਖਿਆ, ਇੱਕ ਨਵੇਂ ਅੰਦਾਜ਼ ਦੇ ਨਾਲ ਆ ਰਿਹਾ ਹੈ ਇੰਡੀਅਨ ਟੈਲੀਵਿਜ਼ਨ 'ਤੇ ਸੁਪਰਬੁੱਕ ਸੀਜ਼ਨ 2, ਵੇਖਣਾ ਨਾ ਭੁੱਲਣਾ। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.cbn.in/superbook। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਕਰਦੇ ਹਾਂ। ਹੁਣ ਅਸੀਂ ਤੁਹਾਨੂੰ ਲੈ ਚੱਲਾਂਗੇ ਗੋਰਖਪੁਰ ਅਤੇ ਕਰਵਾਵਾਂਗੇ ਮੁਲਾਕਾਤ ਹਜ਼ੀਬਨ ਨਿਸ਼ਾ ਦੇ ਨਾਲ। ਜਦੋਂ ਇਹ ਲੜਕੀ ਸਾਡੇ ਜੀਵਨ ਵਰਿਕਸ਼ ਮੈਡੀਕਲ ਕਲੀਨਿਕ ਦੇ ਵਿੱਚ ਆਈ ਤਾਂ ਇੱਕ ਬਹੁਤ ਹੀ ਅਜੀਬ ਸਕਿਨ ਇਨਫੈਕਸ਼ਨ ਦੇ ਨਾਲ ਗ੍ਰਸਿਤ ਸੀ। ਉਹਦੀ ਖੁਜਲੀ ਸੀ ਅਤੇ ਗਰੀਬੀ ਦੇ ਆਲਮ ਦੇ ਵਿੱਚ ਹੋਰ ਸਾਰੀ ਜਗ੍ਹਾ 'ਤੇ ਹੋ ਕੇ ਆਉਣ ਤੋਂ ਬਾਅਦ ਵੀ ਉਸਨੂੰ ਬਿਲਕੁਲ ਵੀ ਰਾਹਤ ਨਹੀਂ ਸੀ ਮਿਲੀ। ਪਰ ਉਸਦੀ ਕਿਸ ਤਰ੍ਹਾਂ ਪ੍ਰੋਬਲਮ ਦਾ ਹੱਲ ਆਇਆ ਸਾਡੇ ਕਲੀਨਿਕ ਦੇ ਵਿੱਚ, ਆਓ ਮਿਲ ਕੇ ਦੇਖਦੇ ਹਾਂ ਇਸ ਕਹਾਣੀ ਨੂੰ ਜੋ ਤੁਹਾਡੇ ਲਈ ਲੈ ਕੇ ਆਈ ਹੈ ਸਾਡੀ ਪ੍ਰੋਡਿਊਸਰ ਰੌਲਿਕ ਰੇਸ। ਗੰਦਗੀ ਦੇ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹਨ ਅਤੇ ਸਾਡੇ ਦੇਸ਼ ਵਿੱਚ ਸਫਾਈ ਅਤੇ ਸਵੱਛਤਾ ਦੇ ਬਾਰੇ ਜਾਗਰੂਕਤਾ ਦੀ ਕਮੀ ਦੇ ਕਰਕੇ ਜ਼ਿਆਦਾਤਰ ਲੋਕ ਬਿਮਾਰ ਪੈ ਜਾਂਦੇ ਹਨ। ਗੋਰਖਪੁਰ ਦੀ ਹਸੀਬੁਨ ਨਿਸ਼ਾ ਦੇ ਪੂਰੇ ਸਰੀਰ 'ਤੇ ਖੁਜਲੀ ਹੋ ਗਈ ਅਤੇ ਉਹ ਇਸ ਤੋਂ ਬਹੁਤ ਪਰੇਸ਼ਾਨ ਹੋ ਗਈ। ਖੁਜਲੀ ਕਰ ਕਰਕੇ ਮੇਰਾ ਪੂਰਾ ਸਰੀਰ ਜਿਵੇਂ ਕਾਲਾ ਹੋ ਗਿਆ ਤੇ ਪੂਰੇ ਸਰੀਰ ਉੱਤੇ ਦਾਣੇ ਦਾਣੇ ਹੋ ਗਏ, ਕੁਝ ਛੋਟੇ ਕੁਝ ਵੱਡੇ ਤੇ ਵੱਧਦੇ ਜਾਂਦੇ ਸੀ। ਜਦੋਂ ਮੈਂ ਦਵਾਈ ਲੈਂਦੀ ਤਾਂ ਵਿੱਚ ਵਿੱਚ ਫੇਰ ਹੋ ਜਾਂਦੇ ਸੀ। ਇਸ ਪਰੇਸ਼ਾਨੀ ਦੇ ਨਾਲ ਨਾਲ ਹਸੀਬੁਨ ਪਿਛਲੇ ਕਾਫੀ ਸਾਲਾਂ ਤੋਂ ਮੋਤੀਆਬਿੰਦ ਕਰਕੇ ਵੀ ਪਰੇਸ਼ਾਨ ਸੀ। ਬਿਲਕੁਲ ਵੀ ਵਿਖਾਈ ਨਹੀਂ ਦਿੰਦਾ ਸੀ, ਮੈਂ ਨਾਲੇ ਵਿੱਚ ਡਿੱਗ ਜਾਂਦੀ ਸਾਂ। ਜਿੱਥੇ ਵੀ ਮੈਂ ਜਾਣਾ ਹੁੰਦਾ ਬੱਚੇ ਮੈਨੂੰ ਫੜ ਕੇ ਲੈ ਕੇ ਜਾਂਦੇ ਸੀ। ਹਸੀਬੁਨ ਦੇ ਪਤੀ ਸਰੀਰਕ ਤੌਰ ਤੇ ਅਸਮਰਥ ਹਨ। ਹਸੀਬੁਨ ਅਤੇ ਉਹਨਾਂ ਦੀਆਂ ਬੇਟੀਆਂ ਹੀ ਦੂਸਰਿਆਂ ਦੇ ਘਰਾਂ ਦਾ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੀਆਂ ਹਨ। ਉੱਥੇ ਦੱਸਿਆ ਸੀ ਅਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਆਪਰੇਸ਼ਨ ਦਾ 15,000 ਰੁਪਿਆ ਲੱਗੇਗਾ। ਮਨ ਵਿੱਚ ਸੋਚਿਆ ਕਿ ਅਸੀਂ ਨਹੀਂ ਕਰਵਾਵਾਂਗੇ, ਆਪਰੇਸ਼ਨ ਲਈ ਇੰਨੇ ਪੈਸੇ ਕਿੱਥੋਂ ਲਿਆਵਾਂਗੇ। ਇਸੇ ਕਰਕੇ ਇੰਨੇ ਸਾਲ ਮੈਂ ਅੰਨੇਪਣ ਵਿੱਚ ਰਹੀ। ਲੇਕਿਨ ਜਦੋਂ ਇੱਕ ਦਿਨ CBN ਫਾਊਂਡੇਸ਼ਨ ਦੇ ਜੀਵਨ ਬਿਰਚ ਮੈਡੀਕਲ ਕਲੀਨਿਕ ਦੇ ਬਾਰੇ ਉਹਨਾਂ ਨੂੰ ਇੱਕ ਕੈਂਪ ਦੇ ਜ਼ਰੀਏ ਪਤਾ ਲੱਗਾ ਤਾਂ ਉਹਨਾਂ ਨੂੰ ਇੱਕ ਉਮੀਦ ਮਿਲੀ। ਫਿਰ ਕੁਝ ਹੀ ਦਿਨਾਂ ਵਿੱਚ ਹਸੀਬੁਨ ਦੀਆਂ ਦੋਵਾਂ ਅੱਖਾਂ ਦਾ ਆਪਰੇਸ਼ਨ ਵੀ CBN ਫਾਊਂਡੇਸ਼ਨ ਦੀ ਮਦਦ ਨਾਲ ਹੋ ਪਾਇਆ। ਪਰਚੀ ਵਗੈਰਾ ਕੱਟੀ ਗਈ ਤੇ ਮੇਰਾ ਆਪਰੇਸ਼ਨ ਜੀਵਨ ਬਿਰਸ਼ ਦੇ ਸਹਾਰੇ ਦੀ ਕਰਕੇ ਸਾਰਾ ਕੰਮ ਹੋ ਗਿਆ। ਹੁਣ ਮੈਂ ਇੰਨੀ ਖੁਸ਼ ਹਾਂ ਕਿ ਮੈਨੂੰ ਲੱਗਦਾ ਹੈ ਮੈਂ 12 ਸਾਲਾਂ ਦੀ ਹੋ ਗਈ ਹਾਂ। ਹਾਂ, ਮੇਰੀ ਅੱਖ ਵਿੱਚ ਇੰਨੀ ਜ਼ਿਆਦਾ ਰੋਸ਼ਨੀ ਆ ਗਈ ਹੈ ਜਿਵੇਂ ਟਿਊਬ ਲੱਗ ਗਈ ਹੋਵੇ। ਮੇਰਾ ਬਹੁਤ ਚੰਗਾ ਆਪਰੇਸ਼ਨ ਹੋਇਆ ਹੈ।
ਹੁਣ ਵੀ ਬੱਚੇ ਹੱਥ ਫੜਦੇ ਹਨ। ਮੈਂ ਕਹਿੰਦੀ ਹਾਂ ਮੈਨੂੰ ਛੱਡ ਦਿਓ, ਮੈਨੂੰ ਸਭ ਕੁਝ ਵਿਖਾਈ ਦਿੰਦਾ ਹੈ, ਬਹੁਤ ਵਧੀਆ ਵਿਖਾਈ ਦਿੰਦਾ ਹੈ। ਇੱਥੇ ਆ ਕੇ ਇਲਾਜ ਕਰਾਉਣ ਤੋਂ ਬਾਅਦ ਉਹਨਾਂ ਦੀ ਖੁਜਲੀ ਪੂਰੀ ਤਰ੍ਹਾਂ ਠੀਕ ਹੋ ਗਈ। ਮੈਨੂੰ ਇਹ ਨਹੀਂ ਪਤਾ ਸੀ ਕਿ ਇਸ ਦੀ ਦਵਾਈ ਵੀ ਮੈਨੂੰ ਇੱਥੋਂ ਹੀ ਮਿਲੇਗੀ। ਉਹਨਾਂ ਨੇ ਮੈਨੂੰ ਮਲਣ ਦੇ ਵਾਸਤੇ ਦਵਾਈ ਦਿੱਤੀ, ਨਹਾਉਣ ਦੇ ਵਾਸਤੇ ਦਵਾਈ ਦਿੱਤੀ ਤੇ ਨਾਲ ਹੀ ਉਹਨਾਂ ਨੇ ਮੈਨੂੰ ਖਾਣ ਵਾਸਤੇ ਵੀ ਦਵਾਈ ਦਿੱਤੀ ਤੇ ਇੱਕੋ ਵਾਰ 'ਚ ਮੈਨੂੰ ਫਾਇਦਾ ਦਿਸਣ ਲੱਗਾ। ਇੰਨੇ ਥਾਵਾਂ ਤੋਂ ਦਵਾਈ ਖਾਧੀ ਸੀ ਕਿ ਮੈਂ ਗਿਣ ਕੇ ਰੱਖਿਆ ਸੀ, 55 ਥਾਵਾਂ ਤੋਂ ਦਵਾਈ ਖਾਧੀ ਸੀ, ਪਰ ਕਿਤਿਓ ਮੈਂ ਠੀਕ ਨਹੀਂ ਹੋਈ। ਇੱਥੇ ਮੈਂ ਆਈ, ਇੱਥੋਂ ਮੈਂ ਠੀਕ ਹੋਈ ਤੇ ਮੇਰਾ ਚੰਗੀ ਤਰ੍ਹਾਂ ਇਲਾਜ ਹੋਇਆ ਤੇ ਇੱਥੇ ਮੇਰਾ ਇੱਕ ਵੀ ਪੈਸਾ ਨਹੀਂ ਲੱਗਾ, ਸਭ ਕੁਝ ਵਧੀਆ ਹੋਇਆ। ਇਹ ਨਾ ਹੁੰਦੇ ਤਾਂ ਮੇਰਾ ਆਪਰੇਸ਼ਨ ਕਿੱਥੇ ਹੋਣਾ ਸੀ? ਜੀਵਨ ਬਿਰਛ ਦੇ ਨਾਮ ਤੋਂ ਹੀ ਮੈਨੂੰ ਇਹ ਸਭ ਮਿਲਿਆ ਹੈ, ਇਹਨਾਂ ਦੀ ਤਾਰੀਫ ਨਹੀਂ ਕਰਾਂਗੇ ਤਾਂ ਕਿਸ ਦੀ ਕਰਾਂਗੇ? ਹੁਣ ਵੀ ਕੋਈ ਤਕਲੀਫ ਹੁੰਦੀ ਹੈ ਤਾਂ ਦਵਾਈ ਲੈ ਕੇ ਜਾਂਦੇ ਹਾਂ, ਤੁਰੰਤ ਸਾਨੂੰ ਦਵਾਈ ਮਿਲ ਜਾਂਦੀ ਹੈ, ਇੱਕ ਪੈਸਾ ਵੀ ਸਾਡਾ ਨਹੀਂ ਲੱਗਦਾ ਹੈ। ਦੋਸਤੋ, ਹੁਣੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ CBN ਫਾਊਂਡੇਸ਼ਨ ਦੀ ਮਦਦ ਦੇ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਰਹੀਆਂ ਨੇ, ਖੁਸ਼ਹਾਲ ਹੋ ਰਹੀਆਂ ਨੇ। ਦੋਸਤੋ, ਅਜਿਹੀਆਂ ਹੀ ਜ਼ਿੰਦਗੀਆਂ ਨੂੰ ਜੇਕਰ ਤੁਸੀਂ ਵੀ ਬਦਲਣਾ ਚਾਹੁੰਦੇ ਹੋ, ਤੁਸੀਂ ਵੀ ਛੂਹਣਾ ਚਾਹੁੰਦੇ ਹੋ ਆਪਣੇ ਅਨੁਦਾਨ ਦੇ ਨਾਲ, ਤੁਸੀਂ ਸਾਡੇ ਨਾਲ ਜੁੜੋ, ਪਾਰਟਨਰਸ਼ਿਪ ਦੇ ਵਿੱਚ ਜੁੜ ਕੇ ਤੁਸੀਂ ਇਸ ਕੰਮ ਨੂੰ ਕਰ ਸਕਦੇ ਹੋ। ਸਾਨੂੰ ਕੰਟੈਕਟ ਕਰੋ ਇਸ ਨੰਬਰ ਦੇ ਉੱਤੇ ਜੋ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ, ਨੰਬਰ 'ਤੇ ਕਾਲ ਕਰਕੇ ਸਾਡੇ ਨਾਲ ਪਾਰਟਨਰਸ਼ਿਪ ਦੇ ਵਿੱਚ ਜੁੜ ਜਾਓ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਆਪਣੇ ਇੱਕ ਪਾਰਟਨਰ ਦੇ ਨਾਲ ਜਿਹੜੇ ਸਾਡੇ ਨਾਲ ਜੁੜੇ ਨੇ, ਸਾਡੇ ਨੇਕ ਕੰਮਾਂ ਦੇ ਵਿੱਚ ਯੋਗਦਾਨ ਦਿੰਦੇ ਨੇ, ਅਤੇ ਉਹ ਤੁਹਾਡੇ ਨਾਲ ਸ਼ੇਅਰ ਕਰਨਗੇ ਕਿ ਉਹਨਾਂ ਨੂੰ ਕਿੱਦਾਂ ਆਸ਼ੀਸ਼ਾਂ ਮਿਲ ਰਹੀਆਂ ਨੇ। CBN ਫਾਊਂਡੇਸ਼ਨ ਆਪਣੇ ਮਾਨਵ ਹਿੱਤ ਕੰਮਾਂ ਦੇ ਦੁਆਰਾ ਸਾਰੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਰਿਹਾ ਹੈ ਤੇ ਬਹੁਤ ਸਾਰੇ ਲੋਕ CBN ਨਾਲ ਜੁੜ ਕੇ ਭਲੇ ਕੰਮਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰ ਰਹੇ ਹਨ ਤੇ ਉਹਨਾਂ ਵਿੱਚੋਂ ਇੱਕ ਹਨ ਰੈਵਰੈਂਡ ਐਡਵਿਨ ਦਾਸ, ਜਿਨ੍ਹਾਂ ਨੇ CBN ਦਾ ਪ੍ਰੋਗਰਾਮ ਇੱਕ ਨਵੀਂ ਜ਼ਿੰਦਗੀ ਵੇਖਣ ਤੋਂ ਬਾਅਦ ਆਪਣੇ ਆਪ ਨੂੰ CBN ਦੇ ਲਈ ਸਮਰਪਿਤ ਕਰ ਦਿੱਤਾ। CBN ਦੇ ਮੈਂ ਪ੍ਰੋਗਰਾਮ ਵੇਖਦਾ ਸੀ ਤੇ ਸਭ ਤੋਂ ਚੰਗੀ ਗੱਲ ਇਹ ਲੱਗੀ ਕਿ ਜਿੰਨੇ ਵੀ ਲੋਕ ਇਸ ਨੂੰ CBN ਨੂੰ ਸਪੋਰਟ ਕਰਦੇ ਹਨ, ਇਹ ਉਸ ਪੈਸੇ ਨੂੰ ਜੋ ਹੈ ਐਸੀ ਜਗ੍ਹਾ ਇਸਤੇਮਾਲ ਕਰਦੇ ਹਨ ਜੋ ਬਹੁਤ ਲੋੜਵੰਦ ਹੁੰਦੇ ਹਨ। ਹੁਣੇ ਜਿਸ ਤਰ੍ਹਾਂ ਕਿ ਉੱਤਰਾਖੰਡ ਦੇ ਵਿੱਚ ਹੋਇਆ, ਉਹ ਸਭ ਲੋਕਾਂ ਨੇ ਵੇਖਿਆ ਕਿ ਕਿਸ ਤਰ੍ਹਾਂ CBN ਵਾਲਿਆਂ ਨੇ ਉਹਨਾਂ ਦੀ ਮਦਦ ਕੀਤੀ। CBN ਫਾਊਂਡੇਸ਼ਨ ਦੇ ਮਾਨਵ ਹਿੱਤ ਕੰਮਾਂ ਵਿੱਚ ਸਹਿਭਾਗੀ ਬਣਨ ਤੋਂ ਬਾਅਦ ਐਡਵਿਨ ਦਾਸ ਕਈ ਐਸੇ ਤਜਰਬਿਆਂ ਵਿੱਚੋਂ ਲੰਘੇ ਜਿਨ੍ਹਾਂ ਤੋਂ ਅੱਜ ਉਹ ਬਹੁਤ ਖੁਸ਼ ਹਨ। ਜਦੋਂ ਤੋਂ ਮੈਂ CBN ਨੂੰ ਭੇਜਣ ਲੱਗਾ, ਇਸ ਦਾ ਮੈਂਬਰ ਬਣਿਆ, ਉਦੋਂ ਤੋਂ ਪ੍ਰਭੂ ਨੇ ਮੈਨੂੰ ਬਹੁਤ ਬਰਕਤ ਦਿੱਤੀ ਹੈ। ਜਿੰਨਾ ਅਸੀਂ ਪ੍ਰਭੂ ਨੂੰ ਦਿੰਦੇ ਹਾਂ, ਉਸ ਤੋਂ ਕਿਤੇ ਜ਼ਿਆਦਾ ਵੱਧ ਕੇ ਪ੍ਰਭੂ ਸਾਨੂੰ ਵਾਪਸ ਮੋੜ ਦਿੰਦਾ ਹੈ। ਐਡਵਿਨ ਦਾਸ ਇੱਕ ਨਵੀਂ ਜ਼ਿੰਦਗੀ ਨੂੰ ਨਿਯਮਿਤ ਤੌਰ ਤੇ ਵੇਖਦੇ ਹਨ ਤੇ ਉਹ CBN ਦੇ ਨਾਲ ਜੁੜ ਕੇ ਬਹੁਤ ਸੰਤੁਸ਼ਟ ਹਨ। ਇੱਕ ਨਵੀਂ ਜ਼ਿੰਦਗੀ ਜੋ ਹੈ ਇੱਕ ਨਵਾਂ ਜੀਵਨ ਦਿੰਦਾ ਹੈ ਤੇ ਸਾਡੇ ਲਈ ਬਹੁਤ ਹੀ ਇਹ ਉਤਸ਼ਾਹ ਵਰਧਕ ਵਚਨ ਹੁੰਦੇ ਹਨ ਜਿਸ ਨਾਲ ਲੋਕ ਉਤਸ਼ਾਹਿਤ ਹੋ ਕੇ ਇਸ ਨਾਲ ਜੁੜਦੇ ਹਨ। CBN ਮੇਰੇ ਪਰਿਵਾਰ ਨੂੰ ਪ੍ਰਾਰਥਨਾਵਾਂ ਵਿੱਚ ਯਾਦ ਰੱਖਦਾ ਹੈ ਤੇ ਹਮੇਸ਼ਾ ਮੇਰੇ ਲਈ ਪ੍ਰਾਰਥਨਾ ਕਰਦਾ ਹੈ। ਮੈਂ ਅੱਗੇ ਭਵਿੱਖ ਦੇ ਵਿੱਚ ਵੀ ਆਪਣੇ CBN ਦਾ ਪਾਰਟਨਰ ਬਣਿਆ ਰਹਾਂਗਾ ਜਦੋਂ ਤੱਕ ਪਰਮੇਸ਼ਵਰ ਮੈਨੂੰ ਜ਼ਿੰਦਗੀ ਦੇਵੇਗਾ। ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਪਾਰਟਨਰ ਦੇ ਨਾਲ ਪ੍ਰੋਤਸਾਹਨ ਪਾਇਆ ਹੈ। ਇਸ ਗੱਲਬਾਤ ਨੂੰ ਸੁਣ ਕੇ ਤੁਸੀਂ ਵੀ ਸੋਚ ਰਹੇ ਹੋ ਕਿ ਤੁਸੀਂ ਆਪਣੇ ਕਦਮ ਨੂੰ ਵਧਾ ਸਕੋ, ਜੇਕਰ ਤੁਸੀਂ ਸਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਇਸ ਪਤੇ ਤੇ। ਇਹ ਰਹੀ ਤੁਹਾਡੇ ਲਈ ਸਾਡੇ ਪਤੇ ਦੀ ਜਾਣਕਾਰੀ। CBN ਫਾਊਂਡੇਸ਼ਨ, ਪੀਚ ਟ੍ਰੀ ਕੰਪਲੈਕਸ, ਤੀਸਰੀ ਮੰਜ਼ਿਲ, ਬਲਾਕ C, ਸੁਸ਼ਾਂਤ ਲੋਕ 1, ਗੁਰੂਗ੍ਰਾਮ, ਦਿੱਲੀ NCR, 12209, ਭਾਰਤ। ਆਨਲਾਈਨ ਡੋਨੇਸ਼ਨਸ www.cbn.in। ਹੁਣ ਸਮਾਂ ਹੈ ਛੋਟੀ ਬ੍ਰੇਕ ਲੈਣ ਦਾ, ਲੇਕਿਨ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਕਿਉਂਕਿ ਵਾਪਸ ਆ ਕੇ ਅਸੀਂ ਕਰਾਂਗੇ ਤੁਹਾਡੇ ਲਈ ਪ੍ਰਾਰਥਨਾ। ਅਸੀਂ ਦੂਸਰਿਆਂ ਨੂੰ ਮਾਫ ਕਰਨ ਵਿੱਚ ਤੁਹਾਡੀ ਸਹਾਇਤਾ ਕਰਾਂਗੇ। ਅਸੀਂ ਬੁਰੀ ਆਦਤ ਦੇ ਸ਼ਿਕੰਜੇ ਵਿੱਚੋਂ ਨਿਕਲਣ ਵਿੱਚ ਤੁਹਾਡੀ ਸਹਾਇਤਾ ਕਰਾਂਗੇ। ਅਸੀਂ ਤੁਹਾਡੇ ਵਿਆਹੁਤਾ ਜੀਵਨ ਨੂੰ ਬਹਾਲ ਕਰਨ ਵਿੱਚ ਸਹਾਇਤਾ ਕਰਾਂਗੇ। ਅਸੀਂ ਤੁਹਾਡੀ ਸਹਾਇਤਾ ਕਰਾਂਗੇ ਬਿਮਾਰੀਆਂ ਨਾਲ ਲੜਨ ਵਿੱਚ। ਅਸੀਂ ਤੁਹਾਨੂੰ ਸਵੀਕ੍ਰਿਤੀ ਦਿਵਾਉਣ ਵਿੱਚ ਵੀ ਸਹਾਇਤਾ ਕਰਾਂਗੇ। ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਾਂਗੇ। ਸਾਨੂੰ 0124-4286-777 'ਤੇ ਫੋਨ ਕਰੋ ਜਾਂ 99104-01010 'ਤੇ SMS ਕਰੋ।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ, ਜਿਸ ਦਾ ਨਾਂ ਹੈ ਪ੍ਰਾਰਥਨਾ ਨੂੰ ਮੌਕਾ ਦਿਓ। ਦੋਸਤੋ, ਅੱਜ ਸਾਨੂੰ ਮੈਸੇਜਿਸ ਭੇਜੇ ਹਨ, ਕਈ ਲੋਕਾਂ ਨੇ ਭੇਜੇ ਹਨ, ਅਤੇ ਦੇਖਦੇ ਹਾਂ ਕਿ ਉਹ ਕੀ ਕਹਿ ਰਹੇ ਨੇ ਆਪਣੇ ਮੈਸੇਜਿਸ ਦੇ ਜ਼ਰੀਏ। ਪਹਿਲਾ ਮੈਸੇਜ ਸਾਨੂੰ ਭੇਜਿਆ ਹੈ ਦੀਕਸ਼ਿਤਾ ਨੇ ਕਰਨਾਟਕਾ ਤੋਂ। ਇਹ ਲਿਖਦੇ ਨੇ ਕਿ ਇਹਨਾਂ ਨੂੰ ਸਾਡਾ ਪ੍ਰੋਗਰਾਮ ਕਾਫੀ ਜ਼ਿਆਦਾ ਪਸੰਦ ਹੈ, ਖਾਸ ਤੌਰ 'ਤੇ ਜਿਹੜੀ ਅਸੀਂ ਦੂਸਰਿਆਂ ਦੀ ਮਦਦ ਕਰਦੇ ਹਾਂ, ਇਹ ਵੇਖ ਕੇ ਇਹਨਾਂ ਨੂੰ ਬਹੁਤ ਪ੍ਰੋਤਸਾਹਨ ਮਿਲਦਾ ਹੈ, ਚੰਗਾ ਲੱਗਦਾ ਹੈ, ਸਾਨੂੰ ਐਪਰੀਸ਼ੀਏਟ ਕਰ ਰਹੇ ਨੇ। ਥੈਂਕ ਯੂ ਦੀਕਸ਼ਿਤਾ। ਨਾਲ ਹੀ ਸਾਡੇ ਕੋਲ ਇੱਕ ਹੋਰ ਮੈਸੇਜ ਆਇਆ ਹੈ ਜਿਹੜਾ ਕਿ ਨਮਿਤ ਨੇ ਲਿਖਿਆ ਹੈ, ਅਤੇ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਵੀ ਇਹ ਪ੍ਰੋਗਰਾਮ ਬਹੁਤ ਅੱਛਾ ਲੱਗਦਾ ਹੈ, ਅਤੇ ਜਦੋਂ ਲੋਕਾਂ ਦੀ ਸਹਾਇਤਾ ਅਤੇ ਮਦਦ ਕੀਤੀ ਜਾਂਦੀ ਹੈ ਅਤੇ ਉਸ ਦੇ ਨਾਲ ਉਹਨਾਂ ਨੂੰ ਬੜੀ ਪ੍ਰੇਰਣਾ ਅਤੇ ਪ੍ਰੋਤਸਾਹਨ ਮਿਲਦਾ ਹੈ। ਅੱਜ ਅਸੀਂ ਪ੍ਰਾਰਥਨਾ ਕਰਾਂਗੇ ਆਪਣੇ ਸਾਰੇ ਪਾਰਟਨਰਸ ਵਾਸਤੇ, ਅਸੀਂ ਪ੍ਰਾਰਥਨਾ ਕਰਾਂਗੇ ਆਪਣੇ ਦਰਸ਼ਕਾਂ ਵਾਸਤੇ, ਅਤੇ ਪ੍ਰਾਰਥਨਾ ਕਰਾਂਗੇ ਉਹਨਾਂ ਸਾਰੇ ਸਹਿਯੋਗੀਆਂ ਵਾਸਤੇ ਜਿਹੜੇ ਕਿ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਿਹਤਰੀ ਨੂੰ ਲੈ ਕੇ ਆਉਣ ਦੇ ਲਈ ਸਾਡੇ ਨਾਲ ਜੁੜੇ ਨੇ। ਆਓ ਦੁਆ ਕਰੀਏ। ਪ੍ਰਭੂ ਜੀ, ਉਸਤਤ ਦੇ ਯੋਗ ਪਰਮੇਸ਼ਵਰ, ਤੁਹਾਡੇ ਸਾਹਮਣੇ ਤੁਹਾਡੇ ਨਾਂ ਨੂੰ ਜੈ ਜੈਕਾਰ ਕਰਦੇ ਹੋਏ ਪ੍ਰਭੂ ਅਸੀਂ ਤੁਹਾਡੇ ਸਾਹਮਣੇ ਆਉਂਦੇ ਹਾਂ, ਅਤੇ ਇਸ ਵੇਲੇ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ਵਰ ਜਿੰਨੇ ਵੀ ਸਾਡੇ ਪਾਰਟਨਰਸ ਜਿਹੜੇ CBN ਫਾਊਂਡੇਸ਼ਨ ਦੇ ਨਾਲ ਜੁੜੇ ਹੋਏ ਨੇ, ਜਿੰਨੇ ਵੀ ਐਸੇ ਸਹਿਯੋਗੀ ਲੋਕ ਨੇ ਜਿਹੜੇ ਆਪਣੇ ਹੱਥਾਂ ਦੀ ਕਮਾਈ ਦੇ ਨਾਲ ਪਰਮੇਸ਼ਵਰ ਤੁਹਾਡੇ ਕੰਮਾਂ ਦੇ ਵਿੱਚ ਯੋਗਦਾਨ ਪਾਉਂਦੇ ਨੇ, ਪ੍ਰਭੂ ਇੱਕ ਇੱਕ ਨੂੰ ਤੁਸੀਂ ਨਾਮ ਬਿਨਾਮ ਵੱਡੀ ਬਰਕਤ ਵੱਡਾ ਅਜਰ ਦਿਓ, ਤਾਂ ਜੋ ਉਹ ਜਾਣ ਸਕਣ ਕਿ ਤੁਸੀਂ ਆਪਣੇ ਵਾਅਦੇ ਦੇ ਸੱਚੇ ਪਰਮੇਸ਼ਵਰ ਹੋ। ਜਦੋਂ ਕਿ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਜਿਹੜਾ ਬੀਜ ਬੋਏਗਾ ਉਹ ਵੱਡੀ ਕਟਨੀ ਨੂੰ ਹਾਸਲ ਕਰੇਗਾ। ਪ੍ਰਭੂ ਜੀ, ਅਸੀਂ ਪ੍ਰਾਰਥਨਾ ਕਰਦੇ ਹਰ ਇੱਕ ਐਸੇ ਪਾਰਟਨਰ ਵਾਸਤੇ, ਹਰ ਇੱਕ ਐਸੇ ਪਾਰਟਨਰ ਦੇ ਨਾਲ ਜੁੜੀ ਹੋਈ ਉਹਨਾਂ ਦੀ ਫੈਮਿਲੀਜ਼ ਵਾਸਤੇ, ਕਿ ਪਰਮੇਸ਼ਵਰ ਤੁਹਾਡੀ ਤੰਦਰੁਸਤੀ, ਤੁਹਾਡਾ ਗਿਆਨ ਅਤੇ ਤੁਹਾਡੀ ਸਮਝ ਪਰਮੇਸ਼ਵਰ ਇਹਨਾਂ ਪਰਿਵਾਰਾਂ ਦੇ ਵਿੱਚ ਉੜੇਲੀ ਜਾਏ, ਤਾਂ ਜੋ ਇਹ ਪਰਿਵਾਰ ਪ੍ਰਭੂ ਵੱਧ ਕੇ ਇਹ ਗੱਲ ਕਹਿ ਸਕਣ ਕਿ ਪਰਮੇਸ਼ਵਰ ਕਿਸੇ ਵੀ ਮਨੁੱਖ ਦਾ ਕਰਜ਼ਦਾਰ ਨਹੀਂ ਹੈ। ਪ੍ਰਭੂ ਜੀ, ਅਸੀਂ ਖਾਸ ਤੌਰ 'ਤੇ ਪ੍ਰਾਰਥਨਾ ਕਰਦੇ ਹਾਂ ਉਹਨਾਂ ਸਾਰੇ ਲੋਕਾਂ ਦੇ ਵਾਸਤੇ ਜਿਹੜੇ ਕਿ ਆਪਣੇ ਕਦਮ ਨੂੰ ਵਧਾਉਣਾ ਚਾਹੁੰਦੇ ਨੇ, ਜਿਹੜੇ ਕਿ ਆਪਣੇ ਰਿਸੋਰਸਿਸ ਦੇ ਨਾਲ ਤੁਹਾਨੂੰ ਮਹਿਮਾ ਦੇਣਾ ਚਾਹੁੰਦੇ ਨੇ, ਜਿਹੜੇ ਕਿ ਗਰੀਬਾਂ ਦੀ ਸਹਾਇਤਾ ਵਾਸਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਚੱਲਣਾ ਚਾਹੁੰਦੇ ਨੇ, ਪ੍ਰਭੂ ਤੁਸੀਂ ਉਹਨਾਂ ਦੇ ਮਨ ਨੂੰ ਤਿਆਰ ਕਰੋ ਤਾਂ ਜੋ ਉਹ ਵੀ ਆਪਣੇ ਹੱਥ ਨੂੰ ਖੋਲ੍ਹ ਕੇ ਇਹਨਾਂ ਕੰਮਾਂ ਦੇ ਵਿੱਚ ਸਹਿਭਾਗੀ ਹੋ ਸਕਣ। ਧੰਨਵਾਦ ਕਰਨੇ ਪਿਤਾ ਜੀ, ਆਪਣੇ ਵਚਨ ਦੇ ਅਨੁਸਾਰ ਤੁਸੀਂ ਉਹਨਾਂ ਦੇ ਖਜ਼ਾਨਿਆਂ ਨੂੰ, ਉਹਨਾਂ ਦੇ ਖਤਿਆਂ ਨੂੰ ਭਰਪੂਰ ਕਰੋ, ਤਾਂ ਜੋ ਪ੍ਰਭੂ ਉਹ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਅੱਗੇ ਵੱਧ ਸਕਣ ਅਤੇ ਤੁਹਾਡੇ ਕੰਮਾਂ ਲਈ ਹੋਰ ਹੱਥ ਨੂੰ ਖੋਲ੍ਹ ਸਕਣ। ਧੰਨਵਾਦ ਦੇ ਨਾਲ ਇਹ ਸਾਰੀ ਦੀ ਸਾਰੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਮੰਗਦੇ ਹਾਂ, ਆਮੀਨ ਆਮੀਨ। ਪਰਮੇਸ਼ਵਰ ਦਾ ਵਾਅਦਾ ਹੈ ਕਿ ਦਿਓ ਅਤੇ ਤੁਹਾਨੂੰ ਵੀ ਦਿੱਤਾ ਜਾਏਗਾ, ਅਤੇ ਜਦੋਂ ਅਸੀਂ ਪਰਮੇਸ਼ਵਰ ਦੇ ਕੰਮਾਂ ਵਾਸਤੇ ਦਿੰਦੇ ਹਾਂ ਆਪਣੇ ਯੋਗਦਾਨ ਨੂੰ, ਆਪਣੇ ਦਾਨ ਨੂੰ, ਅਤੇ ਪ੍ਰਭੂ ਸਾਡੀ ਜ਼ਿੰਦਗੀ ਦੇ ਵਿੱਚ ਹੋਰ ਵੀ ਵੱਧ ਕੇ ਕੰਮ ਕਰਦੇ ਨੇ। ਪਰਮੇਸ਼ਵਰ ਦੀ ਹਜ਼ੂਰੀ ਸਾਡੀ ਜ਼ਿੰਦਗੀ ਦੇ ਵਿੱਚ ਮਹਿਸੂਸ ਹੁੰਦੀ ਹੈ ਜਦੋਂ ਉਹਨਾਂ ਦਾ ਕੰਮ ਸਾਡੇ ਜੀਵਨਾਂ ਦੇ ਵਿੱਚ ਪ੍ਰਗਟ ਹੁੰਦਾ ਹੈ। ਪਰਮੇਸ਼ਵਰ ਦਾ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਤਾਇਤ ਦੇ ਨਾਲ ਕੰਮ ਕਰਦਾ ਹੈ, ਅਤੇ ਅੱਜ ਦੇਖਦੇ ਹਾਂ ਕਿ ਇਹ ਵਚਨ ਸਾਨੂੰ ਕਿਸ ਤਰ੍ਹਾਂ ਗਾਈਡ ਕਰ ਰਿਹਾ ਹੈ। ਵੇਖੋ, ਮੈਂ ਇਹਦੇ ਲਈ ਔਖਦ ਅਤੇ ਤੰਦਰੁਸਤੀ ਲਿਆਵਾਂਗਾ ਅਤੇ ਮੈਂ ਇਹਨੂੰ ਚੰਗਾ ਕਰਾਂਗਾ, ਅਤੇ ਮੈਂ ਇਹਨਾਂ ਲਈ ਸ਼ਾਂਤੀ ਅਤੇ ਸੱਚਾਈ ਵਾਫਰ ਪ੍ਰਗਟ ਕਰਾਂਗਾ। ਬਿਲਕੁਲ, ਪਰਮੇਸ਼ਵਰ ਦਾ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਅਨੁਗ੍ਰਹਿਕਾਰੀ ਜ਼ਾਹਰ ਹੁੰਦਾ ਹੈ ਜਦੋਂ ਅਸੀਂ ਇਸ ਦੇ ਉੱਤੇ ਮਨਨ ਕਰਦੇ ਹਾਂ, ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਤਾਰਦੇ ਹਾਂ। ਉਮੀਦ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਨਾਲ ਤੁਸੀਂ ਇੱਕ ਨਵੇਂ ਹੌਸਲੇ ਨੂੰ ਜ਼ਰੂਰ ਹਾਸਲ ਕੀਤਾ ਹੈ, ਅਤੇ ਤੁਸੀਂ ਜਾਣ ਸਕੇ ਹੋ ਕਿ ਕਿਸ ਤਰ੍ਹਾਂ ਤੁਸੀਂ ਦੂਸਰਿਆਂ ਦੀ ਜ਼ਿੰਦਗੀ ਦੇ ਵਿੱਚ ਬਿਹਤਰੀ ਅਤੇ ਤੰਦਰੁਸਤੀ ਨੂੰ ਲੈ ਕੇ ਆ ਸਕਦੇ ਹੋ। ਅਤੇ ਦੇਰ ਨਾ ਕਰੋ, ਸਾਡੇ ਨਾਲ ਪਾਰਟਨਰ ਬਣਨ ਵਾਸਤੇ ਇਸੇ ਵੇਲੇ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੁਹਾਡੇ ਸਕਰੀਨ 'ਤੇ ਦਿੱਤੇ ਹੋਏ ਨੰਬਰ ਉੱਤੇ। ਦੋਸਤੋ, ਸਾਡਾ ਪ੍ਰੋਗਰਾਮ ਆਏਗਾ ਕੱਲ੍ਹ ਨੂੰ ਵੀ ਸੇਮ ਟਾਈਮ 'ਤੇ ਸੇਮ ਚੈਨਲ ਦੇ ਉੱਤੇ। ਇਸ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਪ੍ਰੇਰਿਤ ਕਰਨ ਵਾਲੀ ਗਵਾਹੀ, ਨਾਲ ਦੀ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਅਜਿਹੇ ਸ਼ਖਸ ਦੇ ਨਾਲ ਜਿਨ੍ਹਾਂ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਤੋਂ ਤੁਸੀਂ ਜ਼ਰੂਰ ਪ੍ਰਭਾਵਿਤ ਹੋਵੋਗੇ। ਪ੍ਰੋਗਰਾਮ ਦੇਖਣਾ ਯਾਦ ਰੱਖਣਾ। ਅੱਜ ਦੇ ਲਈ ਬਸ ਇੰਨਾ ਹੀ, ਪਰ ਜੇਕਰ ਤੁਸੀਂ ਇਸ ਐਪੀਸੋਡ ਨੂੰ ਦੁਬਾਰਾ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਾਡੇ YouTube ਦੇ CBN ਇੰਡੀਆ ਚੈਨਲ 'ਤੇ ਜਾ ਕੇ, ਅਤੇ ਜੇਕਰ ਤੁਸੀਂ ਸਾਡੇ ਕੰਮਾਂ ਦੀ ਵਧੇਰੇ ਜਾਣਕਾਰੀ ਨੂੰ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਵੈਬਸਾਈਟ 'ਤੇ ਲੌਗਇਨ ਕਰ ਸਕਦੇ ਹੋ www.cbn.in। ਜਾਂਦੇ ਜਾਂਦੇ ਤੁਸੀਂ ਸੁਣੋ ਪਰਮੇਸ਼ਵਰ ਦੀ ਮਹਿਮਾ ਦੇ ਵਿੱਚ, ਉਸਤਤ ਦੇ ਵਿੱਚ ਇਸ ਗੀਤ ਨੂੰ, ਹਮੇਸ਼ਾ ਆਨੰਦਿਤ ਰਹੋ। ਜੈ ਮਸੀਹ ਦੀ। ਗੋਡ ਬਲੈਸ ਯੂ। ਹੱਥਾਂ ਪੈਰਾਂ ਵਿੱਚ
Fire and peace.